ਪਲੱਸ ਜਿਹੜੀ ਅਨਸੇਫ ਜਿਹੜੀਆਂ ਰੂਲਸ ਹਾਈ ਕੋਰਟ ਐਂਡ ਸੁਪਰੀਮ ਕੋਰਟ ਦੀ ਗਾਈਡਲਾਈਨਸ ਨਹੀਂ ਫੋਲੋ ਕਰ ਰਹੀਆਂ ਜਿਹੜੀ ਬੱਸਿਸ ਐਂਡ ਸਕੂਲ ਕੈਰਿੰਗ ਵਹੀਕਲਸ ਉਹਨਾਂ ਨੂੰ ਅਸੀਂ ਚੈੱਕ ਕਰਕੇ ਬੰਦ ਕਰਾਂਗੇ ਹੁਣ ਉਸੇ ਡਰਾਈਵ 'ਚ ਮੈਂ ਅਤੇ DTO ਸਾਹਿਬ ਨੇ ਜੁਆਇੰਟ ਨਾਕਾ ਲਾਇਆ ਬਾਕੀ ਸਕੂਲਸ 4-5 ਸਕੂਲ 'ਚ ਹੋਰ ਵੀ ਨਾਕਾ ਲੱਗਾ ਹੋਇਆ
ਐਂਡ ਰੈਗੂਲਰਲੀ ਅਸੀਂ ਇਹਨੂੰ ਕਰ ਰਹੇ ਹਾਂ ਨਾਕਾਬੰਦੀ। ਅਸੀਂ ਜਿਹੜੇ ਅੰਡਰ ਏਜ ਡਰਾਈਵਿੰਗ ਦੇ ਚਲਾਨ ਕੀਤੇ ਆ, ਜਿਹੜੇ ਬੱਚੇ ਜਿਹਨਾਂ ਕੋਲ ਡਰਾਈਵਿੰਗ ਲਾਇਸੈਂਸ ਹੀ ਨਹੀਂ ਹੈਗਾ, ਅੰਡਰ ਏਜ ਡਰਾਈਵਿੰਗ ਕਰ ਰਹੇ ਆ ਵਿਦਆਊਟ ਹੈਲਮੇਟ ਜਿਹੜੇ ਡਰਾਈਵ ਕਰ ਰਹੇ ਆ। ਹਾਂਜੀ, ਗੱਡੀਆਂ ਵੀ ਬੰਦ ਕੀਤੀਆਂ ਜਿਹੜੀਆਂ ਰੂਲਸ ਐਂਡ ਰੈਗੂਲੇਸ਼ਨ ਨੂੰ ਫੋਲੋ ਨਹੀਂ ਕਰ ਰਹੀਆਂ। ਹਾਂਜੀ, ਆਲਰੇਡੀ ਅਸੀਂ ਬਹੁਤ ਸਕੂਲਸ ਨਾਲ ਮੀਟਿੰਗ ਕੀਤੀਆਂ, ਇਹਨਾਂ ਨੂੰ ਕਲੀਅਰਲੀ ਅਸੀਂ ਰਿਟਰਨ 'ਚ ਵੀ ਦਿੱਤਾ, ਮੀਟਿੰਗਸ ਵੀ ਕਾਲ ਕਰਕੇ ਇਹਨਾਂ ਨੂੰ ਕਲੀਅਰਲੀ ਗਾਈਡਲਾਈਨਸ ਜੋ ਹੈਗੀਆਂ ਫੋਲੋ ਕਰਨ ਬਾਰੇ ਕਿਹਾ ਹੋਇਆ। ਆਲਰੇਡੀ ਹਾਈ ਕੋਰਟ ਵੀ ਇਹਨੂੰ ਇਸ ਇਸ਼ੂ ਨੂੰ ਟੇਕਅਪ ਕਰ ਰਿਹਾ ਸੇਫ ਵਾਹਨ ਸਕੀਮ ਦੇ ਅੰਡਰ, ਐਂਡ ਜੇ ਨਹੀਂ ਫੋਲੋ ਕਰਨਗੇ ਅਸੀਂ ਤਾਂ ਇਨਫੋਰਸਮੈਂਟ ਕਰਨੀ ਹੈ। ਬੀ ਬੀ ਐਮ ਸਕੂਲ ਕਿਚਲੂ ਨਗਰ ਦੇ ਵਿੱਚ ਅਸੀਂ ਅੱਜ ਸਪੈਸ਼ਲ ਇਲਾਕੇ ਰਾਹੀਂ ਸਕੂਲ ਬੱਸਿਸ ਦੀ ਅਤੇ ਜਿਹੜੇ ਅੰਡਰੇਜ ਡਰਾਈਵਿੰਗ ਦੇ ਬੱਚੇ ਨੇ ਉਹਨਾਂ ਦੀ ਸਪੈਸ਼ਲ ਚੈਕਿੰਗ ਕੀਤੀ ਹੈ। ਜਿਹੜੀਆਂ ਕੋਈ ਬੱਸਿਸ ਸਾਨੂੰ ਸੇਫ ਵਾਹਨ ਸਕੀਮ ਦੇ ਜਿਹੜੇ ਨੋਰਮਸ ਨੇ ਉਹ ਪੂਰੇ ਨਹੀਂ ਕਰਦੇ ਮਿਲ ਰਹੀਆਂ, ਅਸੀਂ ਉਹਨਾਂ ਦੇ ਗੀਅਰ ਪਾਉਂਦੇ ਹਾਂ। ਕਿੰਨੀਆਂ ਬੱਸਾਂ ਮੰਗ ਕੀਤੀਆਂ? ਅਸੀਂ 7 ਬੱਸਾਂ ਮੰਗ ਕੀਤੀਆਂ। ਚਲਾਨ ਕਿੰਨੇ ਵਜੇ? ਚਲਾਨ ਤਾਂ ਉਹਦੇ ਦੂਸਰੇ ਪਾਸੇ ਮੇਰੇ ਕੋਲ ਜਿਹੜੇ 7 ਚਲਾਨ ਹੋਏ, 7 ਬੱਸਾਂ ਮੈਂ ਬੰਦ ਕੀਤੀਆਂ। ਕਈ ਦਿਨਾਂ ਤੋਂ ਪੂਰੇ ਨਹੀਂ ਕਰ ਰਹੇ, ਤੁਸੀਂ ਕੀ ਕੋਈ ਐਕਸ਼ਨ ਲਓ? ਅਸੀਂ ਇਹਨਾਂ 'ਤੇ 6 ਮਹੀਨੇ ਪਹਿਲਾਂ ਇਹਨਾਂ ਦੀਆਂ ਬੱਸਾਂ ਬੰਦ ਕੀਤੀਆਂ ਸੀ, ਬੱਸਾਂ ਚੈੱਕ ਕਰਕੇ ਬੰਦ ਕੀਤੀਆਂ ਸੀਗੀਆਂ। ਉਸ ਤੋਂ ਬਾਅਦ ਬੀ ਬੀ ਐਮ ਸਕੂਲ ਕਿਚਲੂ ਨਗਰ ਦੇ ਐਡਮਿਨਿਸਟ੍ਰੇਸ਼ਨ ਨੂੰ ਹਾਈ ਕੋਰਟ ਨੇ ਵੀ ਮਤਲਬ ਉਸੇ ਰੇਟ ਦੇ ਵਿੱਚ ਬੁਲਾਇਆ ਹੋਇਆ। ਉਸ ਤੋਂ ਬਾਅਦ ਅਸੀਂ ਇਹਨਾਂ ਦੇ ਸਕੂਲ ਦੇ ਵਿੱਚ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਵੀ ਲਾਇਆ ਸੀ।